ਓਏ ਭਲਿਆ ਲੋਕਾ, ਆਹ ਮੈਨੂੰ ਮੁੰਡੇ ਕਹਿੰਦੇ, ਕਹਿੰਦੇ ਬਾਈ ਮੱਥਾ ਟੇਕ ਲਈਏ ਜਦੋਂ ਗੱਡੀ 'ਚ ਉਤਰੇ ਹਾਂ। ਮੈਂ ਕਿਹਾ ਤੇਰੀ ਕੀ ਸਲਾਹ ਵੀ ਜੇ ਅਸੀਂ ਇੱਥੇ ਆ ਗਏ ਹਾਂ ਅਤੇ ਆਪਣੀ ਮਰਜ਼ੀ ਨਾਲ ਆਏ। ਕਹਿੰਦਾ ਬਾਈ ਸਮਝ ਨਹੀਂ ਆਈ। ਮੈਂ ਕਿਹਾ ਉਹ ਐਸਾ ਪੀਰ ਹੈ, ਉਹਦੀ ਮਰਜ਼ੀ ਤੋਂ ਬਿਨਾਂ ਅੰਦਰ ਵੜਨਾ ਦੂਰ ਦੀ ਗੱਲ, ਉਹਦੀ ਗਲੀ 'ਚੋਂ ਨਹੀਂ ਲੰਘ ਸਕਦਾ। ਜੇ ਅਸੀਂ ਉਹਨੇ ਬੁਲਾਇਆ ਤਾਂ ਅਸੀਂ ਤਾਂ ਆਏ, ਐ ਨਹੀਂ ਆ ਸਕਦਾ ਕੋਈ। ਉਹਦੀ ਮਰਜ਼ੀ ਤੋਂ ਬਿਨਾਂ ਬਾਬਾ, ਉਹਦੀ ਗਲੀ 'ਚੋਂ ਨਹੀਂ ਲੰਘ ਸਕਦਾ, ਅੰਦਰ ਵੜਨ ਦੀ ਦੂਰ ਦੀ ਗੱਲ ਹੈ। ਉਹ ਆਪਣੇ ਘਰਾਣੇ ਦਾ ਰਾਜਾ ਹੈ, ਜਿਵੇਂ ਹਰ ਸਟੇਟ ਦਾ ਕੋਈ ਮੰਤਰੀ ਰਾਜਾ ਹੁੰਦਾ, ਆਪਣੀ ਆਪਣੀ ਹਕੂਮਤ ਦਾ ਮਾਲਕ ਹੈ, ਕਿਵੇਂ ਬਣ ਜੂਗਾ ਕੋਈ, ਉਹ ਰਾਜੇ ਆ। ਆਓ ਇਹਨਾਂ ਪੀਰਾਂ ਦੀ ਦਾਸਤਾਨ ਸਮਝਾਉਣ ਲੱਗਾ। ਬੀਬੀਓ, ਜ਼ਿੰਦਗੀ 'ਚ ਕਦੇ ਕਿਸੇ ਪੀਰ ਦੀ ਬੁਰਾਈ ਨਹੀਂ ਕਰਨੀ, ਭਾਵੇਂ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨਦੇ ਹੋ, ਭਾਵੇਂ ਤੁਸੀਂ ਕੁਰਾਨੇ ਪਾਕ ਨੂੰ ਮੰਨਦੇ ਹੋ, ਭਾਵੇਂ ਪਾਕ ਪੁੱਤਰ ਗੀਤਾ ਨੂੰ ਮੰਨਦੇ ਹੋ, ਭਾਵੇਂ ਬਾਈਬਲ ਨੂੰ ਮੰਨਦੇ ਹੋ, ਜ਼ਿੰਦਗੀ 'ਚ, ਕਿਉਂਕਿ ਗੁਰੂ ਪਾਤਸ਼ਾਹ ਨੇ ਜਦੋਂ ਖਾਲਸਾ ਰਚਿਆ ਤਾਂ 52 ਹੁਕਮਨਾਮੇ ਦਿੱਤੇ ਹੈ। ਇਹਦੇ ਸਿੱਖ ਭਰਾ ਬੈਠੇ ਹੋਣੇ ਆ, 52 ਹੁਕਮਨਾਮੇ। ਉਹ ਪਹਿਲਾ ਹੁਕਮਨਾਮਾ ਜਿਹਨੇ ਮੰਨ ਲਿਆ, ਉਹਨੂੰ 51 ਹੁਕਮਨਾਮੇ ਮੰਨਣ ਦੀ ਜ਼ਰੂਰਤ ਨਹੀਂ। ਪਹਿਲਾ ਹੁਕਮਨਾਮਾ ਕੀ ਹੈ ਕਿ ਜ਼ਿੰਦਗੀ 'ਚ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਨੀ, ਕਿਸੇ ਦੀ ਬੁਰਾਈ ਨਹੀਂ ਕਰਨੀ, ਅਤੇ ਅਸੀਂ ਸਾਰੇ ਬੁਰਾਈ ਦੇ ਤੁਲੇ ਪਏ ਹਾਂ ਜਿੱਦਾਂ ਮਰਜ਼ੀ ਕੋਈ ਹੋਵੇ। ਹੈਂ, ਬੁਰਾਈ ਤੋਂ ਬਿਨਾਂ ਸਾਡੀ ਰੋਟੀ ਨਹੀਂ ਹਜ਼ਮ ਹੁੰਦੀ। ਔਰ ਗੱਲ ਦੱਸ ਦਿਓ, ਕਿਹੜੇ ਕਿਹੜੇ ਗ੍ਰੰਥ 'ਚ ਲਿਖਿਆ ਵੀ ਹਿੰਦੂ ਮਸਜਿਦ ਨਹੀਂ ਜਾ ਸਕਦਾ? ਕਿਹੜੇ ਬਾਈਬਲ 'ਚ ਲਿਖਿਆ ਵੀ ਸਿੱਖ ਮਸਜਿਦ ਨਹੀਂ ਜਾ ਸਕਦਾ? ਕਿਹੜੇ ਗ੍ਰੰਥ ਸਾਹਿਬ 'ਚ ਲਿਖਿਆ ਕਿ ਮੁਸਲਮਾਨ ਗੁਰੂ ਘਰ ਨਹੀਂ ਜਾ ਸਕਦਾ? ਕਿੱਥੇ ਲਿਖਿਆ ਕਿ ਹਿੰਦੂ ਕਿੱਥੇ ਨਹੀਂ ਜਾ ਸਕਦਾ? ਇਹ ਧਰਮ ਦੇ ਠੇਕੇਦਾਰਾਂ ਨੇ ਸਾਨੂੰ ਰੋਲ ਕੇ ਰੱਖ ਦਿੱਤਾ, ਪਰ ਲਿਖਿਆ ਕਿੱਥੇ ਵੀ ਨਹੀਂ ਬਾਬਾ, ਕਿੱਥੇ ਨਹੀਂ ਲਿਖਿਆ। ਧਰਮ ਦੇ ਠੇਕੇਦਾਰਾਂ ਨੇ ਆਪਣੀ ਆਹ ਰੋਟੀ ਸੇਕ ਲਈ ਕੰਮ ਕੀਤਾ, ਨਹੀਂ ਤਾਂ ਮਾੜਾ ਕਿੱਥੇ ਵੀ ਨਹੀਂ ਲਿਖਿਆ। ਪਰ ਭਲਿਆ ਲੋਕਾਂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਾਰੇ ਮੰਨਦੇ ਹੋ, ਪਾਕ ਪਵਿੱਤਰ ਗੀਤਾ ਨੂੰ ਮੰਨਦੇ ਹੋ, ਬਾਈਬਲ ਨੂੰ ਮੰਨਦੇ ਹੋ, ਪੁਰਾਣੇ ਪਾਕ ਨੂੰ ਮੰਨਦੇ ਹੋ, ਤੇ ਤੁਹਾਡੇ 'ਚੋਂ ਉੱਠ ਕੇ ਕੋਈ ਵੀ ਦੱਸ ਦੇਵੇ ਉਹਦੇ 'ਤੇ ਸਾਰਾ ਕੁਝ ਲਿਖਿਆ ਪਰ ਇੱਕ ਚੀਜ਼ ਨਹੀਂ ਲਿਖੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜੇ ਗੱਲ ਕਰੀਏ, ਸਾਰੀ ਦੁਨੀਆ ਉਹਦੇ ਵਿੱਚ ਸਮਾ ਗਈ, ਧਰਤੀ ਤੋਂ ਲੈ ਕੇ ਲੱਖਾਂ ਅਗਾਸ ਲੱਖਾਂ ਪਤਾਲਾਂ ਦੀ ਗੱਲ ਲਿਖ ਦਿੱਤੀ, ਪਰ ਇੱਕ ਚੀਜ਼ ਨਹੀਂ ਲਿਖੀ। ਦੱਸੋ ਕੌਣ, ਕੀ ਨਹੀਂ ਲਿਖਿਆ ਉਹਦੇ ਵਿੱਚ? ਝੂਠ ਨਹੀਂ ਲਿਖਿਆ ਬਾਬਾ, ਉਹਦੇ ਵਿੱਚ ਝੂਠ ਨਹੀਂ ਲਿਖਿਆ, ਉਹਦੇ ਵਿੱਚ ਝੂਠ ਨਾਮ ਦਾ ਸ਼ਬਦ ਨਹੀਂ ਹੈਗਾ। ਹੈਂ, ਇਸੇ ਕਰਕੇ ਕਹਿੰਦਾ ਕਿਸੇ ਦੀ ਬੇਅਦਬੀ ਨਹੀਂ ਕਰਨੀ। ਆਪਣੇ ਗੁਰੂ ਨਾਲ ਜਿੱਥੇ ਜੁੜੇ ਹੋ, ਜਿੱਥੇ ਵੀ ਜੁੜੇ ਹੋ, ਆਪਣੇ ਮਤ ਨੂੰ ਪੱਕੇ ਹੋ ਜਾਓ ਅਤੇ ਨਿੰਦਿਆ ਨਹੀਂ ਕਰਨੀ ਕਿਸੇ ਦੀ। ਜੇ ਕੋਈ ਨਿੰਦਿਆ ਕਰਦਾ ਸਾਡੇ ਪੀਰ ਦੀ, ਉਹਨੂੰ ਕਹੋ ਜਾ ਤੇਰਾ ਭਲਾ ਹੋਵੇ। ਅਸਲ ਫਕੀਰ ਕੌਣ ਹੁੰਦਾ ਪਤਾ? ਜਿਹੜਾ 100 ਗਾਲਾਂ ਸੁਣ ਕੇ ਕਹੇ ਜਾ ਰੱਬ ਤੇਰਾ ਭਲਾ ਕਰੇ, ਉਹ ਫਕੀਰ ਹੁੰਦਾ। ਉਹ ਫਕੀਰ ਥੋੜ੍ਹੀ ਹੈ ਆਪਣੀ ਗੱਲ ਸੁਣ ਕੇ ਕਵੇ ਲੈ ਮੈਂ ਅੱਜ ਤੂੰ ਤੇਰਾ ਤਖਤਾ ਪਲਟਾ ਦੂੰਗਾ, ਮੈਂ ਤੇਰਾ ਇਹ ਕਰ ਦੂੰਗਾ, ਉਹ ਫਕੀਰ ਨਹੀਂ। ਨਾ ਨਾ ਨਾ, ਅਰੇ ਇੱਕ ਗੱਲ ਹੋਰ ਸੁਣਿਓ, ਜਿਹੜਾ ਆਪਣੇ ਗੁਰੂ ਦੀ, ਆਪਣੇ ਪੀਰ ਦੀ, ਆਪਣੇ ਖਸਮ ਦੀ, ਆਪਣੇ ਯਾਰ ਦੀ ਬੁਰਾਈ ਸੁਣ ਕੇ ਘਰ ਨੂੰ ਆ ਜਾਵੇ, ਬਾਬਾ ਉਹ ਮੁਰੀਦ ਨਹੀਂ, ਉਹ ਮਰੀਜ਼ ਹੈ ਕਿਸੇ ਬਿਮਾਰੀ ਦਾ, ਉਹ ਮਰੀਜ਼ ਹੈ, ਉਹ ਮਰੀਜ਼ ਨਹੀਂ ਹੋ ਸਕਦਾ। ਹੈ, ਆਓ ਕਿਹੜੇ ਦਰਬਾਰ ਨਾਲ ਜੁੜੇ ਹੋ, ਇੱਥੋਂ ਕੀ ਕੀ ਮਿਲਦਾ ਹੈ ਸੁਣਿਓ ਜਰਾ, ਕੀ ਹੋਇਆ। ਸਰਕਾਰਾਂ ਦੇ ਦਰਬਾਰ 'ਤੇ ਇੱਕ ਨੌਜਵਾਨ ਧੀ ਸੇਵਾ ਕਰਦੀ ਆ, ਧੀ ਸੇਵਾ ਕਰਦੀ ਆ, ਇਹਦੇ 'ਚ ਇੱਕ ਨੌਜਵਾਨ ਵੀ ਉੱਥੇ ਸੇਵਾ ਕਰਨ ਆਉਂਦਾ। ਕੁਝ ਸਮਾਂ ਬੀਤਦਾ, ਮਾਂ ਪਿਓ ਨੇ ਸਲਾਹ ਕੀਤੀ, ਸਰਕਾਰ ਨੂੰ ਫਰਮਾਨ ਕੀਤਾ ਕਿ ਸੱਚੇ ਪਾਤਸ਼ਾਹ ਨਾਲ ਦੋਵਾਂ ਦਾ ਵਿਆਹ ਕਰ ਦਈਏ। ਸਰਕਾਰ ਨੇ ਆਸ਼ੀਰਵਾਦ ਦਿੱਤਾ ਤੇ ਨਿਕਾਹ ਕਰ ਦਿੱਤਾ, ਸਰਕਾਰ ਨੇ ਫਰਮਾਨ ਕੀਤਾ, ਗਰਮੀ ਵਿੱਚ ਸਰਕਾਰ ਕਹਿੰਦੇ ਜਾਓ ਸਦਾ ਸੁਹਾਗਣ ਰਵੇ ਲੰਬੀਆਂ ਉਮਰਾਂ ਹੋਣ। 3 ਮਹੀਨੇ ਵਿਆਹ ਨੂੰ ਹੋਏ, ਉਹ ਨੌਜਵਾਨ ਸੁੱਤਾ ਸੁੱਤਾ ਮਰ ਗਿਆ।
ਉਹਨੇ ਜਦੋਂ ਹਿਲਾਇਆ ਉਹ ਨਾ ਉੱਠਿਆ ਤੇ ਉਹ ਭੈਣ ਜ਼ੋਰ ਜ਼ੋਰ ਨਾਲ ਬੋਲਣ ਲੱਗੀ ਵੀ ਉੱਠਦਾ ਕਿਉਂ ਨਹੀਂ। ਨੇੜੇ ਤੇੜੇ ਦੇ ਲੋਕ ਇਕੱਤਰ ਹੋ ਗਏ, ਨੇੜੇ ਤੇੜੇ ਦੇ ਲੋਕ ਇਕੱਠੇ ਹੋਏ ਆ ਕੇ ਭੈਣਾਂ ਨੇ ਜਦੋਂ ਉਹਦੇ ਸਾਹ ਦੇਖੇ ਕਹਿੰਦੇ ਇਹ ਚੱਲ ਵਸਿਆ ਫੌਤ ਹੋ ਗਿਆ। ਭੈਣੇ ਆਪਣੀਆਂ ਚੂੜੀਆਂ ਤੋੜ, ਬਾਲ ਖੋਲ, ਇਹਦਾ ਰੋਣਾ ਕਰ ਲ। ਉਹ ਕਹਿੰਦੀ ਨਾ, ਜਿੱਥੋਂ ਤੱਕ ਮੇਰਾ ਪੀਰ ਮੈਨੂੰ ਨਹੀਂ ਨਾ ਕਹਿੰਦਾ ਉੱਥੋਂ ਤੱਕ ਮੈਂ ਇਹਦਾ ਰੋਣਾ ਨਹੀਂ ਕਰਨੀ। ਕੀ ਹੋਇਆ, ਰਾਤ ਦੇ 2-2:30 ਵਜੇ ਆ ਜਾ ਕੇ ਸਰਕਾਰ ਦੇ ਦਰਬਾਰ 'ਤੇ ਆਵਾਜ਼ ਮਾਰੀ। ਇਬਾਦਤ ਦਾ ਵੇਲਾ ਸੀ, ਸਰਕਾਰ ਇਬਾਦਤ ਖਾਨੇ ਨਿਕਲ ਕੇ ਆਏ। ਸਰਕਾਰ ਨੇ ਪੁੱਛਿਆ ਕੀ ਰੌਲਾ ਕੀ ਗੱਲ ਆ? ਸਰਕਾਰ ਇੱਦਾਂ ਇੱਦਾਂ ਦੀ ਗੱਲ ਹੋ ਗਈ, ਸਾਰੇ ਮੈਨੂੰ ਕਹਿੰਦੇ ਉਹ ਮਰ ਗਿਆ। 11ਵੀਂ ਵਾਲੀ ਸਰਕਾਰ ਕਹਿੰਦੇ ਇੱਥੇ ਹੀ ਰੋਕ, ਧਰਤੀ ਤੋਂ ਅਸਮਾਨ 'ਤੇ ਜਾ ਪਹੁੰਚੇ। ਫਰਿਸ਼ਤੇ ਉਸ ਨੌਜਵਾਨ ਦੀ ਆਤਮਾ ਨੂੰ ਲੈ ਕੇ ਜਾ ਰਹੇ। ਸੁਣਿਓ ਜਰਾ ਕੀ ਪਾਵਰ ਇਸ ਪੀਰ ਦੀ, ਪੜਿਆ ਲੋਕਾਂ ਆਤਮਾ ਨੂੰ ਲੈ ਕੇ ਜਾ ਰਹੇ। ਸਰਕਾਰ ਨੇ ਆਵਾਜ਼ ਮਾਰੀ, ਗੱਲ ਸੁਣੋ, ਇਹ ਸਾਡਾ ਹੁਕਮ ਹੈ, ਇਹਨੂੰ ਛੱਡ ਦਿਓ। ਉਹ ਕਹਿੰਦੇ ਤੁਸੀਂ ਕੌਣ? ਕਹਿੰਦਾ ਜੇ ਮੇਰੇ ਬਾਰੇ ਪੁੱਛਣਾ ਤੇ ਆਪਣੇ ਅੱਲਾ ਪਾਕ ਨੂੰ ਪੁੱਛੋ, ਮੈਂ ਕੌਣ ਆ? ਕੀ ਹੋਇਆ, ਉਹਨਾਂ ਨੇ ਨਹੀਂ ਛੱਡਿਆ ਤਿੰਨ ਕੌਲ ਪੀਰ ਦੇ। ਸਰਕਾਰ ਨੇ ਮਾਰਿਆ ਹੱਕ ਜਨਾਰਾ, ਪਿੰਜਰਾ ਟੁੱਟ ਗਿਆ ਤੇ ਆਤਮਾ ਆਜ਼ਾਦ ਹੋ ਕੇ ਧਰਤੀ 'ਤੇ ਆ ਗਈ। ਉਹ ਨੌਜਵਾਨ ਜਿਉਂਦਾ ਹੋ ਗਿਆ ਤੇ ਸਰਕਾਰ ਧਰਤੀ 'ਤੇ ਆ ਕੇ ਧੀ ਨੂੰ ਕਹਿੰਦੇ ਜਾ ਧੀਏ, ਉਹ ਜਿਉਂਦਾ ਹੋ ਗਿਆ, ਜਵਾਨੀਆਂ ਮਾਣੋ। ਪੜਿਆ ਲੋਕਾਂ ਫਰਿਸ਼ਤੇ ਉੱਥੇ ਲੱਭਦੇ ਲੱਭਦੇ ਆਖਿਰ 'ਚ ਜਾ ਕੇ ਅੱਲਾ ਪਾਕ ਕੋਲ ਪੇਸ਼ ਹੋ ਗਏ। ਅੱਲਾ ਪਾਕ ਨੂੰ ਜਦੋਂ ਉਹਨਾਂ ਨੇ ਦੇਖਿਆ, ਅੱਲਾ ਪਾਕ ਨੀਵੀਂ ਪਾ ਕੇ ਹੱਸ ਰਹੇ, ਮੁਸਕਰਾ ਰਹੇ ਆ। ਫਰਿਸ਼ਤੇ ਕਹਿੰਦੇ ਅੱਲਾ ਪਾਕ ਤੁਸੀਂ ਕਿਉਂ ਹੱਸ ਰਹੇ ਹੋ? ਅੱਲਾ ਪਾਕ ਕਹਿੰਦੇ ਓਏ, ਕਹਿੰਦੇ ਰਾਹ ਵਿੱਚ ਕੋਈ ਗੱਲ ਹੋਈ ਆ? ਕਹਿੰਦੇ ਹਜ਼ੂਰ ਹਾਂ। ਕੀ ਹੋਇਆ? ਕਹਿੰਦੇ ਕੋਈ ਪੀਰ ਸੀ, ਨਾਮ ਆਪਣਾ ਦਸਤਗੀਰ ਦੱਸਿਆ, ਉਹ ਕਿਸੇ ਆਤਮਾ ਨੂੰ ਛੜਾ ਕੇ ਲੈ ਗਿਆ। ਸਰਕਾਰ ਅਸੀਂ ਬੜਾ ਯਤਨ ਕੀਤਾ ਪਰ ਨਹੀਂ ਉਹਨੇ ਮੰਨੀ। ਅੱਲਾ ਪਾਕ ਫਿਰ ਹੱਸ ਪਏ, ਕਹਿੰਦੇ ਕਿਉਂ ਹੱਸੇ? ਕਹਿੰਦੇ ਕਿਉਂ ਹੱਸੇ ਸਰਕਾਰ? ਅੱਲਾ ਪਾਕ ਕਹਿੰਦੇ ਓਏ, ਸ਼ੁਕਰ ਆ, ਸ਼ੁਕਰ ਆ ਇੱਕ ਆਤਮਾ ਛੜਾ ਕੇ ਲੈ ਗਿਆ। ਕਹਿੰਦਾ ਜੇ ਆਪਣੀ ਪਾਵਰ 'ਚ ਆ ਜਾਂਦਾ, ਜੇ ਉਹ ਮੈਨੂੰ ਵੀ ਕਹਿ ਦਿੰਦਾ ਵੀ ਅੱਜ ਤੋਂ ਬਾਅਦ ਧਰਤੀ 'ਤੇ ਕਿਸੇ ਦੀ ਮੌਤ ਨਹੀਂ ਹੋ ਸਕਦੀ, ਤੇ ਮੇਰੀ ਵੀ ਕੀ ਮਜ਼ਾਲ ਸੀ ਧਰਤੀ ਤੋਂ ਕਿਸੇ ਨੂੰ ਮੈਂ ਚੱਕ ਕੇ ਉੱਪਰ ਲੈ ਆਉਂਦਾ। ਇਹ ਉਹ ਪੀਰ ਵਾ।